dire. मेरी घरवाली भी शालिक पूर ने इतना मेंटली टॉर्चर किया, मेरी फैमिली नू इतना टॉर्चर किया, हर छोटी छोटी गल से कलेश पा लेंदी थी। मेरे पापा उहदे हत्थे हत्थ जोड़दे थी, बेटा ना कर ना कर। पर वो कुड़ी नू ये पता सी ये शरीफ खानदान है ते मैं इन्हां नू किवें दबाणा। वो पिछों पढ़ी लिखी सी, दिल्ली दी सी, सारे कानून जानदे सी। उन्होंने इन्हों नू इन्ना मैंटली टॉर्चर करता। वो फैमिली च एक ताया नरेश कपूर, वो कहिंदा मेरे SSP DSP अंबाले दा मेरे चाह पींदे ने। पांच साल तो नोएडा दे विच काम कर रही थी, PG दे विच रहिंदी थी। मेरे पेरेंट्स नाल, माँ बाप नाल हर छोटी छोटी गल ते खिज पैंदी थी, बोलती थी, चिल्लांदी थी। मेरे बाप, मेरा रब वर्गा बाप, मेरा रब वर्गा बाप, सत्संग दी सेवा लिती हुई है उन्हें। पर उन्हें जान के उत्थे साडा मेंटली इन्ना टॉर्चर करता, सानू इन्ना टॉर्चर करता, जिहड़ा साडे इहदे फादर साहब ने कि रात नूं 2 बजे सुसाइड कर लिया उन्होंने। ਉਹ ਕਹਿੰਦੀ ਸੀ ਵੀ ਅੱਜ ਕੱਲ੍ਹ ਮੁੰਡੇ ਕੁੜੀਆਂ ਮੁੰਡਿਆਂ ਤੋਂ ਵੱਧ ਨੇ। ਮੈਂ ਉਹਨੂੰ ਇਕੁਐਲਿਟੀ ਕਹਿੰਦਾ ਸੀ ਵੀ ਚੱਲ ਠੀਕ ਹੈ ਵੀ ਇਕੁਅਲ ਲਈ। ਉਹ ਕਹਿੰਦੀ ਤੁਹਾਨੂੰ ਕਾਨੂੰਨ ਨਹੀਂ ਪਤਾ। ਉਹਦਾ ਤਾਇਆ ਕਹਿੰਦਾ ਸੀ ਕਾਕਾ ਤੁਸੀਂ ਕਿੱਥੇ ਹੋ, ਅੱਜ ਕੱਲ੍ਹ ਤਾਂ ਕੁੜੀ ਵਾਲਿਆਂ ਦੀ ਚੱਲਦੀ ਹੈ, ਹੁਣ ਦੇਖਿਓ ਤੁਸੀਂ। ਤੁਹਾਨੂੰ ਸਿੱਧਾ ਕਦ 498 ਦੀਆਂ ਇੰਨੀਆਂ ਧਮਕੀ, ਤੈਨੂੰ ਪਤਾ ਹੁੰਦਾ ਕਾਨੂੰਨ ਕੀ ਹੈ। ਡਿਪਰੈਸ਼ਨ 'ਚੋਂ ਪੂਰਾ ਮਹੀਨਾ ਟੋਰਚਰ ਕਰਿਆ ਜਦ ਤੋਂ ਕੁੜੀ ਆਈ ਹੈ 4 ਮਹੀਨੇ ਤੋਂ। ਇਹਦੇ ਫਾਦਰ, ਇਹਦੀ ਮਾਤਾ ਕੈਂਸਰ ਦੀ ਮਰੀਜ਼ ਆ, ਇਹ ਮੁੰਡਾ ਨੌਕਰੀ ਕਰਦਾ, ਇਹ ਬਾਹਰ ਰਹਿੰਦਾ ਅਤੇ ਆਉਂਦਾ। ਕੁੜੀ ਮਾਂ ਬਾਪ ਨਾਲ ਵਸਣਾ ਨਹੀਂ ਚਾਹੁੰਦੀ ਸੀ, ਮੁੰਡੇ ਨਾਲ ਨਹੀਂ ਵਸਣਾ, ਜੇ ਪਤਾ ਨਹੀਂ ਕੀ ਕਾਰਨ ਸੀ ਕੀ ਨਹੀਂ। ਮੇਰੀ ਘਰਵਾਲੀ ਵੀ ਸ਼ਾਲੀ ਕਪੂਰ ਨੇ ਇੰਨਾ ਮੈਂਟਲੀ ਟੋਰਚਰ ਕੀਤਾ, ਮੇਰੀ ਫੈਮਿਲੀ ਨੂੰ ਇੰਨਾ ਟੋਰਚਰ ਕੀਤਾ, ਹਰ ਛੋਟੀ ਛੋਟੀ ਗੱਲ 'ਤੇ ਕਲੇਸ਼ ਪਾ ਲੈਂਦੀ ਸੀ। ਮੇਰੇ ਪਾਪਾ ਉਹਦੇ ਹੱਥ ਹੱਥ ਜੋੜਦੇ ਸੀ, ਬੇਟਾ ਨਾ ਕਰ ਨਾ ਕਰ। ਪੂਰਾ ਮੱਲਾ ਇਕੱਠਾ ਕਰ ਲੈਂਦੀ ਸੀ, ਰੌਲਾ ਪਾਉਂਦੀ ਸੀ, ਮੈਨੂੰ ਮਾਰਦੇ ਨੇ। ਉਹਨੂੰ ਅੱਜ ਤੱਕ ਅਸੀਂ ਇੱਕ ਹੱਥ ਨਹੀਂ ਲਾਇਆ। ਉਹਦਾ ਤਾਇਆ, ਉਹਦਾ ਬਾਪ, ਸਾਰੇ ਸਾਨੂੰ ਮੈਂਟਲੀ ਟੋਰਚਰ ਕਹਿੰਦੇ ਸੀ। ਕਹਿੰਦੇ ਤੁਹਾਨੂੰ ਪਤਾ ਨਹੀਂ 498 ਕੀ ਹੁੰਦੀ ਹੈ, ਤੁਹਾਨੂੰ ਪਤਾ ਨਹੀਂ ਕਾਨੂੰਨ ਕੀ ਹੁੰਦੇ ਨੇ, ਕੁੜੀਆਂ ਦੇ ਹੱਕ 'ਚ ਹੁੰਦੇ ਨੇ। ਕਾਕਾ ਜੀ ਤੁਸੀਂ ਦੇਖਿਓ, ਤੁਹਾਨੂੰ ਹੁਣ ਕਿੰਨੇ ਅਦਾਲਤ ਦੇ ਚੱਕਰ ਲਵਾਉਂਦਾ ਮੈਂ, ਤੁਹਾਡੇ ਨਾਲ ਕੀ ਕਰਦਾ ਤੁਸੀਂ ਮੈਨੂੰ ਜਾਣਦੇ ਨਹੀਂ। ਮੇਰੀ ਬਹੁਤ ਵੱਡੀ ਪਹੁੰਚ ਹੈ, SSP ਪਤਾ ਨਹੀਂ ਕਿਹੜੇ ਕਿਹੜੇ ਰੈਂਕ ਦੇ ਬੰਦੇ ਮੇਰੇ ਨਾਲ ਚਾਹ ਪੀਂਦੇ ਨੇ, ਮੇਰੇ ਘਰ ਆਉਂਦੇ ਨੇ। ਕਾਕਾ ਤੈਨੂੰ ਮੈਂ ਦੱਸੂੰਗਾ ਮੈਂ ਕੌਣ ਹਾਂ, ਇੰਨਾ ਜ਼ਿਆਦਾ ਟੋਰਚਰ ਕਰਦੇ ਸੀ। ਤੁਹਾਡੀ ਪਤਨੀ ਕਿੱਥੇ ਰਹਿਣ ਵਾਲੀ ਸੀ? ਮੇਰੀ ਪਤਨੀ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ ਸੀ। 5 ਸਾਲ ਤੋਂ ਨੋਇਡਾ ਦੇ ਵਿੱਚ ਕੰਮ ਕਰ ਰਹੀ ਸੀ, PG ਦੇ ਵਿੱਚ ਰਹਿੰਦੀ ਸੀ। PG ਦੇ ਵਿੱਚ ਉੱਥੇ ਰਹਿਣਾ ਬਹੁਤ ਕੁਛ ਸੀਗਾ, ਉੱਥੇ ਮੈਂ ਸਭ ਕੁਛ ਉਹਦਾ ਇਗਨੋਰ ਕੀਤਾ, ਉਹਦਾ ਪਾਸਟ ਸੀਗਾ ਜੋ ਵੀ ਸੀ, ਮੈਂ ਸਭ ਕੁਛ ਐਕਸੈਪਟ ਕੀਤਾ। ਮੈਂ ਚਲੋ ਕੋਈ ਨਾ, ਗਲਤੀਆਂ ਹੋ ਜਾਂਦੀਆਂ ਨੇ, ਆਪਾਂ ਅੱਗੇ ਵਧੀਏ। ਪਰ ਉਸ ਤੋਂ ਬਾਅਦ ਵੀ, ਉਰੇ ਆਉਣ ਤੋਂ ਬਾਅਦ ਮੇਰੇ ਪੇਰੈਂਟਸ ਨਾਲ, ਮਾਂ ਬਾਪ ਨਾਲ ਹਰ ਛੋਟੀ ਛੋਟੀ ਗੱਲ 'ਤੇ ਖਿੱਚ ਪੈਂਦੀ ਸੀ, ਬੋਲਦੀ ਸੀ, ਚਿੱਲਾਉਂਦੀ ਸੀ। ਮੇਰੇ ਬਾਪ, ਮੇਰਾ ਰੱਬ ਵਰਗਾ ਬਾਪ, ਮੇਰਾ ਰੱਬ ਵਰਗਾ ਬਾਪ, ਸਤਸੰਗ ਦੀ ਸੇਵਾ ਲਿੱਤੀ ਹੋਈ ਆ ਉਹਨੇ। ਉਹਦੇ ਪੈਰੀ ਹੱਥ ਪੈਂਦਾ ਸੀ, ਮੈਂ ਉਹਦੇ ਪੈਰੀ ਹੱਥ ਪੈਂਦਾ ਸੀ ਵੀ ਤੂੰ ਕਲੇਸ਼ ਨਾ ਪਾ, ਸਾਨੂੰ ਐਂ ਸੀ ਚਲੋ ਸੁਧਰ ਜਾਏਗੀ, ਹੋ ਜਾਏਗੀ, ਕਰ ਲਾਂਗੇ। ਡਿਮਾਂਡ ਕੀ ਕਰਦੀ ਧਮਕੀਆਂ? ਉਹਨੂੰ ਸੀਗਾ ਮੈਂ ਚੰਡੀਗੜ੍ਹ ਜੋਬ ਕਰਾਂ, ਬਾਹਰ ਜੋਬ ਕਰਾਂ, ਇਹ ਕਰਾਂ, ਬਸ ਕੋਈ ਨਾ ਕੋਈ ਗੱਲ 'ਤੇ ਆਪਣੀ। ਉਹ ਕਹਿੰਦੀ ਸੀ ਵੀ ਤੁਹਾਨੂੰ ਪਤਾ ਨਹੀਂ, ਮੈਨੂੰ ਕੁਛ ਨਹੀਂ, ਕਾਨੂੰਨ ਤੋਂ ਡਰਾਉਂਦੀ ਸੀ, ਕਹਿੰਦੀ ਤੁਹਾਨੂੰ ਪਤਾ ਨਹੀਂ ਕਾਨੂੰਨ ਕਿੰਨਾ ਜ਼ਿਆਦਾ ਸਾਡੀ, ਮੈਨੂੰ ਕੁਛ ਨਹੀਂ ਬੋਲਣਾ, ਮੈਨੂੰ ਇਹ ਤੁਸੀਂ ਕਿਵੇਂ ਬੋਲਤਾ, ਮੈਨੂੰ ਇਹ ਕਿਵੇਂ ਕਰਤਾ। ਉਹ ਕਹਿੰਦੀ ਸੀ ਵੀ
ਅੱਜ ਕੱਲ੍ਹ ਮੁੰਡੇ ਕੁੜੀਆਂ ਮੁੰਡਿਆਂ ਤੋਂ ਵੱਧ ਨੇ। ਮੈਂ ਉਹਨੂੰ ਇਕੁਐਲਿਟੀ ਕਹਿੰਦਾ ਸੀ ਵੀ ਚੱਲ ਠੀਕ ਹੈ ਵੀ ਇਕੁਅਲ ਲਈ। ਉਹ ਕਹਿੰਦੀ ਤੁਹਾਨੂੰ ਕਾਨੂੰਨ ਨਹੀਂ ਪਤਾ। ਉਹਦਾ ਤਾਇਆ ਕਹਿੰਦਾ ਸੀ ਕਾਕਾ ਤੁਸੀਂ ਕਿੱਥੇ ਹੋ, ਅੱਜ ਕੱਲ੍ਹ ਤਾਂ ਕੁੜੀ ਵਾਲਿਆਂ ਦੀ ਚੱਲਦੀ ਹੈ, ਹੁਣ ਦੇਖਿਓ ਤੁਸੀਂ ਤੁਹਾਨੂੰ ਸਿੱਧਾ ਕਰ। 498 A ਦੀਆਂ ਇੰਨੀਆਂ ਧਮਕੀ, ਤੈਨੂੰ ਪਤਾ ਹੁੰਦਾ ਕਾਨੂੰਨ ਕੀ ਹੈ, ਸਾਰੇ ਟੱਬਰ ਤੇਰਾ ਅੰਦਰ ਜਾਊ। ਮੇਰਾ ਜੀਜਾ ਜੋ ਬਾਹਰ ਸੀ ਉਹਦਾ ਨਾਮ ਲਿਖਾਤਾ ਕੰਪਲੇਂਟ ਦੇ ਵਿੱਚ। 498 ਤਾਂ ਮੂੰਹ 'ਤੇ ਚੜਿਆ ਹੋਇਆ ਸੀ ਵੀ ਪਤਾ ਨਹੀਂ ਕਿੱਥੋਂ ਯੂਟਿਊਬ 'ਤੇ ਦੇਖ ਕੇ ਕਿੱਥੋਂ ਦੇਖ ਕੇ ਉਹਨਾਂ ਨੇ ਕਿੱਥੋਂ ਉਹ ਕਹਿੰਦੇ ਮੈਨੂੰ ਤਾਂ ਪਤਾ ਇਹ ਚੀਜ਼ ਦਾ, ਮੈਂ ਨੋਇਡਾ ਰਹਿੰਦੀ ਹਾਂ, ਸਾਡੇ ਨਾਲ ਹੁੰਦਾ 498 ਹੋ ਜਾਂਦਾ ਵੀ ਤੁਸੀਂ ਤਾਂ ਪੈਰੀ ਹੱਥ ਜੋੜ ਕੇ ਪੁੱਠੇ ਪੈ ਕੇ ਆਉਂਗੇ ਸਾਡੇ ਕੋਲ ਵੀ ਤੁਸੀਂ ਬੋਲ ਕਿਵੇਂ ਦਿੱਤਾ। ਕਾਨੂੰਨ ਇੰਨਾ ਗਲਤ ਹੈ ਜੀ, ਇੰਨਾ ਗਲਤ 498 A। ਮੈਂ ਤਾਂ ਕਹਿੰਦਾ ਸਾਰੇ ਬੰਦੇ ਨਾ ਤੜਫ ਜਾਂਦੇ ਨੇ, ਬਿਲਕੁਲ ਜਨਾਨੀਆਂ ਦੇ ਹੱਕ ਦੇ ਵਿੱਚ ਹੈ। ਜਿਹੜੇ ਤੁਹਾਡੇ ਕਰਦੇ ਆ ਸਾਡੇ ਇਹਨਾਂ ਦੇ ਫਾਦਰ ਸਾਹਿਬ ਸਾਰੇ ਨਾਭੇ ਦੇ ਵਿੱਚ ਸਤਸੰਗ 'ਚ ਮਸ਼ਹੂਰ ਸੀਗੇ, ਰੱਬ ਦੇ ਨਾਂ ਤੋਂ ਰੱਬ ਨਾਲ ਹੀ ਜੁੜੇ ਸੀਗੇ। ਪਰ ਉਹ ਕੁੜੀ ਨੂੰ ਇਹ ਪਤਾ ਸੀ ਇਹ ਸ਼ਰੀਫ ਖਾਨਦਾਨ ਹੈ ਅਤੇ ਮੈਂ ਇਹਨਾਂ ਨੂੰ ਕਿਵੇਂ ਦਵਾਉਣਾ। ਉਹ ਪਿੱਛੋਂ ਪੜ੍ਹੀ ਲਿਖੀ ਸੀ, ਦਿੱਲੀ ਦੀ ਸੀ, ਸਾਰੇ ਕਾਨੂੰਨ ਜਾਣਦੇ ਸੀ। ਉਹਨਾਂ ਨੇ ਇਹਨਾਂ ਨੂੰ ਇੰਨਾ ਮੈਂਟਲੀ ਟੋਰਚਰ ਕਰਤਾ। ਉਹਦੇ ਫੈਮਿਲੀ 'ਚ ਇੱਕ ਤਾਇਆ ਨਰੇਸ਼ ਕਪੂਰ, ਉਹ ਕਹਿੰਦਾ ਮੇਰੇ SSP DSP ਅੰਬਾਲੇ ਦਾ ਮੇਰੇ ਚਾਹ ਪੀਂਦੇ ਨੇ, ਤੁਸੀਂ ਕੀ ਕਰ ਲਓਗੇ ਮੇਰਾ, ਤੁਸੀਂ ਕੀ ਕਰ ਲਓਗੇ। ਪਰ ਇਹ ਬੰਦਿਆਂ ਦੀ ਕੋਈ ਅਪਰੋਚ ਨਹੀਂ ਸੀ ਜੀ। ਇਹਨਾਂ ਨੂੰ ਸੀਗਾ ਯਾਰ ਕਿ ਮੁੰਡੇ ਵਾਲਿਆਂ ਦੀ ਘੱਟ ਸੁਣਵਾਈ ਹੈ, ਕੁੜੀ ਵਾਲੇ ਦੀ ਸੁਣਵਾਈ ਜ਼ਿਆਦਾ, ਕੁੜੀ ਵਾਲੇ ਦੇ ਕਾਨੂੰਨ ਹੈ। ਇਸ ਕਰਕੇ ਇਹ ਦਵੇ ਰਹਿੰਦੇ ਸੀ। ਹਾਲਾਂਕਿ ਇਹਨਾਂ ਨੇ DSP ਸਾਹਿਬ ਨੂੰ ਇੱਥੇ ਕੋਈ ਕੰਪਲੇਂਟ ਵੀ ਦਰਜ ਕਰਾਈ ਸੀ ਵੀ ਸਾਡੀ ਵੀ ਕੋਈ ਇੱਥੇ ਇਹ ਸਾਡੀ ਕੁੜੀ ਤੰਗ ਕਰਦੀ ਆ, ਸਾਡੀ ਕੋਈ ਸੁਣਵਾਈ ਕੀਤੀ ਜਾਵੇ। ਉਹਨਾਂ ਨੇ ਵੀ ਸਾਨੂੰ ਐਡਵਾਈਸ ਦਿੱਤੀ ਚਲੋ ਕੋਈ ਨਹੀਂ, ਜੇ ਸਮਝੌਤਾ ਹੁੰਦਾ ਸਮਝੌਤਾ ਕਰ ਲਿਓ। ਅਸੀਂ ਸਮਝੌਤੇ ਲਈ ਅੱਜ ਬੁਲਾਉਣਾ ਸੀ ਉਹਨਾਂ ਨੂੰ, ਪਰ ਉਹਨੇ ਜਾਣ ਕੇ ਉੱਥੇ ਸਾਡਾ ਮੈਂਟਲੀ ਇੰਨਾ ਟੋਰਚਰ ਕਰਤਾ, ਸਾਨੂੰ ਇੰਨਾ ਟੋਰਚਰ ਕਰਤਾ ਜਿਹੜਾ ਸਾਡੇ ਇਹਦੇ ਫਾਦਰ ਸਾਹਿਬ ਨੇ ਕਿ ਰਾਤ ਨੂੰ 2 ਵਜੇ ਸੁਸਾਈਡ ਕਰ ਲਿਆ ਉਹਨਾਂ ਨੇ। ਹਾਂਜੀ ਅੰਬਾਲੇ ਹੁਮਨ ਗੇਲ 'ਚ ਸਾਨੂੰ ਬੁਲਾਇਆ ਸੀ ਵੀ ਐਂ ਕਰਕੇ। ਪਰ ਸਾਡੇ ਇਹਨਾਂ ਨੇ ਕੀ ਹੈ, ਖਾਨਦਾਨ ਨੇ ਕਦੇ ਪੁਲਿਸ ਨਹੀਂ ਦੇਖੀ, ਇਹਨਾਂ ਨੇ ਕਦੇ ਇਹੋ ਜਿਹੇ ਕਾਨੂੰਨ 'ਚ ਕਦੇ ਫਸੇ ਨਹੀਂ। ਪਿਆਰ ਮੁਹੱਬਤ ਵਾਲੇ ਬੰਦੇ ਨੇ, ਪਰ ਉਹ ਕੁੜੀ ਵਾਲੇ ਇੰਨੇ ਜ਼ਿਆਦਾ ਤੇਜ਼ ਨੇ, ਇੰਨੇ ਜ਼ਿਆਦਾ ਵੀ ਇਹਨਾਂ ਨੂੰ ਇੰਨਾ ਮੈਂਟਲੀ ਟੋਰਚਰ ਕਰਤਾ ਅਤੇ ਉਹਦੇ ਫਾਦਰ ਨੇ 2 ਵਜੇ ਰਾਤ ਨੂੰ ਸੁਸਾਈਡ ਕਰ ਲਿਆ ਪੱਖੇ ਨਾਲ ਲਟਕ ਕੇ, ਡਿਪਰੈਸ਼ਨ 'ਚੋਂ ਪੂਰਾ ਮਹੀਨਾ। ਜਦ ਤੋਂ ਕੁੜੀ ਆਈ ਹੈ 4 ਮਹੀਨੇ ਤੋਂ, ਇਹਦੇ ਫਾਦਰ, ਇਹਦੀ ਮਾਤਾ ਕੈਂਸਰ ਦੀ ਮਰੀਜ਼ ਆ, ਇਹ ਮੁੰਡਾ ਨੌਕਰੀ ਕਰਦਾ, ਇਹ ਬਾਹਰ ਰਹਿੰਦਾ ਅਤੇ ਆਉਂਦਾ, ਕੁੜੀ ਮਾਂ ਬਾਪ ਨਾਲ ਵਸਣਾ ਨਹੀਂ ਚਾਹੁੰਦੀ ਸੀ, ਮੁੰਡੇ ਨਾਲ ਨਹੀਂ ਵਸਣਾ, ਇਹ ਪਤਾ ਨਹੀਂ ਕੀ ਕਾਰਨ ਸੀ ਕੀ ਨਹੀਂ। ਪਰ ਇਹਦੇ ਫਾਦਰ ਇੰਨੇ ਜ਼ਿਆਦਾ ਮਜਬੂਰ ਹੋ ਗਏ ਕਿ ਉਹਨਾਂ ਨੇ ਆਤਮ ਹੱਤਿਆ ਕਰ। 5 ਪੇਜਾਂ ਦਾ ਹੁਣ ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਆ ਬਰਾਬਰ ਕਾਨੂੰਨ ਹੋਵੇ ਮੁੰਡਿਆਂ ਦੇ ਕਾਨੂੰਨ ਨੂੰ। ਅੱਜ ਕੱਲ੍ਹ ਸਾਰੇ ਕੁੜੀ ਵਾਲੇ ਧਮਕਾਉਂਦੇ ਨੇ, ਜਿਹੜੇ ਵੀ ਮੁੰਡੇ ਵਿਆਹ ਕਰਦੇ ਨੇ, ਨਵੇਂ ਉਹਨਾਂ ਨੂੰ ਕਿਹਾ ਜਾਂਦਾ ਵੀ ਸਾਡੀ ਤਾਂ ਸੁਣਵਾਈ ਹੈ, ਕਾਨੂੰਨ ਸਾਡੇ ਹੱਕ ਨੇ। ਮੇਰੀ ਬੇਨਤੀ ਹੈ ਸਰਕਾਰ ਨੂੰ, ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ, ਆਹ ਮੁੰਡੇ ਦਾ ਦੇਖੋ ਇਹਦਾ ਕੀ ਬੁਰਾ ਹਾਲ ਹੋ ਗਿਆ, ਕੈਂਸਰ ਦੀ ਇਹਦੀ ਮਾਂ ਹੈ, ਅਤੇ ਅੱਜ ਇਹ ਇਨਸਾਫ਼ ਦੀ ਮੰਗ ਕਰ ਰਿਹਾ, ਅਤੇ ਮੇਰਾ ਸਭ ਨੂੰ ਬੇਨਤੀ ਹੈ ਇਨਸਾਫ਼ ਦਿਲਾਓ। ਮੇਰੀ ਮਦਰ ਦਾ ਖਿਆਲ ਰੱਖਦਾ ਸੀ, ਸੇਵਾ ਦਵਾਈ ਦਿੰਦਾ ਸੀ, ਹੁਣ ਮੈਂ ਕੀ ਕਰ ਪਾਊਂਗਾ, ਸਾਰਾ ਉਹਦਾ ਖਿਆਲ ਰੱਖਦਾ ਸੀ, ਦਵਾਈ ਦਿੰਦੇ ਸੀ, ਉਹਦੀ ਮਾਲਿਸ਼ ਕਰਦੇ ਸੀ, ਮੰਮੀ ਦੀ ਸਭ ਕੁਛ ਕਰਦੇ ਸੀ। ਇਹ ਜਨਕ ਰਾਜ ਨੇ ਜੀ ਰਹਿਣ ਵਾਲੇ ਵਿਕਾਸ ਕਲੋਨੀ ਦੇ, ਇਹਨਾਂ ਦੇ ਬੇਟੇ ਦੀ 4-5 ਮਹੀਨੇ ਪਹਿਲਾਂ ਮੈਰਿਜ ਹੋਈ ਸੀਗੀ ਵਿਸ਼ਾਲੀ ਨਾਲ, ਅੰਬਾਲੇ ਦੇ ਰਹਿਣ ਵਾਲੇ ਨੇ ਉਹ ਇਹਨਾਂ ਦਾ ਲੜਾਈ ਝਗੜਾ ਚੱਲਦਾ ਸੀ ਘਰੇਲੂ ਕਲੇਸ਼ ਚੱਲਦਾ ਸੀਗਾ, ਉਹ ਤੋਂ ਤੰਗ ਆ ਕੇ ਇਹਨਾਂ ਨੇ ਅੱਜ ਸਵੇਰੇ ਜਿਹੜਾ ਪੱਖੇ ਨਾਲ ਲਟਕ ਕੇ ਆਪਣੇ ਘਰੇ ਸੁਸਾਈਡ ਕਰ ਲਿਆ। ਪਤਾ ਲੱਗਿਆ ਜੀ ਕਾਰਨ ਕੀ ਸੀ ਸੁਸਾਈਡ ਕਿਉਂ ਕੀਤਾ? ਸੁਸਾਈਡ ਕਰਨ ਦਾ ਇਹੀ ਕਾਰਨ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਇਹਨਾਂ ਦੀ ਨੂੰਹ ਵੱਲੋਂ ਅਤੇ ਉਹਦੇ ਪਰਿਵਾਰ ਵੱਲੋਂ, ਮਤਲਬ ਵਿਸ਼ਾਲੀ ਦੇ ਮਾਤਾ ਪਿਤਾ ਵੱਲੋਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ, ਹਰਾਸਮੈਂਟ ਹੋ ਰਹੀ ਸੀ ਕਾਫੀ ਜ਼ਿਆਦਾ, ਉਹਦੇ ਕਰਕੇ ਇਹ ਡਿਪਰੈਸ਼ਨ ਦੇ ਵਿੱਚ ਸੀਗੇ, ਉਹ ਤੋਂ ਤੰਗ ਆ ਕੇ ਇਹਨਾਂ ਨੇ ਉਹਨੇ ਵਿਸ਼ਾਲੀ ਨੇ ਜਿਹੜੀ ਹੈਗੀ ਹੈ ਸੁਣਨ 'ਚ ਆਇਆ ਕਿ ਉਹਨੇ ਆਪਣੇ ਸਹੁਰਾ ਪਰਿਵਾਰ ਦੇ ਖਿਲਾਫ਼ ਅੰਬਾਲਾ ਵਿਖੇ ਆਪਣੇ ਜਿੱਥੇ ਉਹਦੇ ਪੇਕਾ ਪਰਿਵਾਰ ਹੈ ਉੱਥੇ ਉਹਨੇ ਵੂਮੈਨ ਸੈੱਲ ਦੇ ਵਿੱਚ ਕੰਪਲੇਂਟ ਕੀਤੀ ਸੀ, ਉਹਨਾਂ ਨੇ ਇਹਨਾਂ ਨੂੰ ਇਨਕੁਆਇਰੀ ਵਾਸਤੇ ਪੜਤਾਲ ਵਾਸਤੇ ਬੁਲਾਇਆ ਸੀਗਾ। ਅਤੇ ਸੁਸਾਈਡ ਕਾਹਦੇ ਨਾਲ ਕੀਤਾ? ਇਹ ਆਪਣੇ ਘਰ ਇਹਨਾਂ ਦੇ ਪੱਖੇ ਨਾਲ ਲੜਕ ਕੇ ਜੀ ਫਾਹਾ ਲੈ ਕੇ ਸੁਸਾਈਡ ਕੀਤਾ। ਹੁਣ ਕਿਹਦੇ ਖਿਲਾਫ਼ ਕਾਰਵਾਈ ਕੀਤੀ ਹੈ? ਹੁਣ ਇਹਨਾਂ ਦੇ ਜਨਕ ਰਾਜ ਦੇ ਬੇਟੇ ਨੇ ਜਿਹੜੇ ਉਹਨਾਂ ਦੇ ਬਿਆਨ 'ਤੇ ਜਿਹੜੀ ਇਹਨਾਂ ਦੀ ਨੂੰਹ ਹੈ ਵਿਸ਼ਾਲੀ, ਉਹਦੇ ਮਾਤਾ ਪਿਤਾ ਅਤੇ ਉਹਨਾਂ ਦੇ ਜਿਹੜਾ ਵਿਸ਼ਾਲੀ ਦਾ ਤਾਇਆ, ਉਹਦੇ ਖਿਲਾਫ਼ ਵਰਚਾ ਦਰਜ ਕੀਤਾ ਜਾ ਰਿਹਾ 306 ਧਾਰਾ ਦੇ। ਸੁਸਾਈਡ ਨੋਟ ਵੀ ਬਰਾਮਦ ਹੋਇਆ? ਹਾਂਜੀ, ਸੁਸਾਈਡ ਨੋਟ ਵੀ ਬਰਾਮਦ ਹੋਇਆ। ਉਸ ਵਿੱਚ ਕੀ ਲਿਖਿਆ ਗਿਆ?
ਉਹਦੇ ਵਿੱਚ ਵੀ ਇਹਨਾਂ ਚਾਰਾਂ ਦਾ ਹੀ ਨਾਂ ਲਿਖਿਆ ਗਿਆ ਕਿ ਮੈਂ ਆਪਣੀ ਨੂੰਹ ਤੋਂ ਅਤੇ ਉਹਦੇ ਪਰਿਵਾਰ ਤੋਂ ਬੜਾ ਪਰੇਸ਼ਾਨ ਹਾਂ, ਜਿਹਦੇ ਕਰਕੇ ਮੈਂ ਆਪਣਾ ਇਹ ਸੁਸਾਈਡ ਕਰ ਰਿਹਾ, ਸਟੈਪ ਚੱਕ ਰਿਹਾ। ਕੋਈ ਜਾਣਕਾਰੀ ਦੇ ਬੇਟੇ ਵੱਲੋਂ ਕੋਈ ਇੱਥੇ ਨਾਭਾ ਪੁਲਿਸ ਵਿੱਚ ਵੀ ਕੋਈ ਕੰਪਲੇਂਟ ਦਿੱਤੀ ਗਈ ਸੀਗੀ ਆਪਣੇ ਸਹੁਰੇ ਪਰਿਵਾਰ ਵਾਸਤੇ ਜਾਂ ਦਰਖਾਸਤ ਕੋਈ? ਨਹੀਂ ਜੀ, ਇਹੋ ਜਿਹੀ ਕੋਈ ਦਰਖਾਸਤ ਨਹੀਂ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।